ਬਠਿੰਡਾ ਪੁਲਿਸ ਦੇ ਸਪੈਸ਼ਲ ਸਟਾਫ ਵੱਲੋਂ ਦੋ ਵਿਅਕਤੀਆਂ ਨੂੰ 1 ਕਿਲੋ ਫੀਮ ਸਮੇਤ ਕਾਬੂ ਕੀਤਾ ਗਿਆ। ਐਸਆਈ ਕਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਦਲ ਰੋਡ ਪੁਲ ਦੇ ਉੱਪਰ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲੋਂ 1 ਕਿਲੋ ਫੀਮ ਬਰਾਮਦ ਹੋਈ ਹੈ, ਜਿਨ੍ਹਾਂ ਦੇ ਖਿਲਾਫ਼ ਥਾਣਾ ਕਨਾਲ ਵਿਖੇ ਮਾਮਲਾ ਦਰਜ ਕਰਕੇ ਮਾਨਯੋਗ ਕੋਰਟ ਵਿੱਚ ਪੇਸ਼ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਕੀ ਕਹਿਣਾ ਹੈ ਐਸਆਈ ਕਰਮਜੀਤ ਸਿੰਘ ਦਾ ਤੁਹਾਨੂੰ ਸੁਣਾਉਂਦੇ ਹਾਂ। ਏਐਸਆਈ ਕਰਮਜੀਤ ਸਿੰਘ ਥਾਣਾ ਕਨਾਲ ਕਲੋਨੀ ਬਠਿੰਡਾ ਪਹਿਲਾਂ ਤੋਂ ਪਿੱਛੇ ਅਸਰ ਇਹ ਕੱਲ੍ਹ 1 ਕਿਲੋ ਫੀਮ ਫੜੀ ਸੀ, ਉਹਦੇ ਦੋ ਦੋਸ਼ੀ ਅੱਜ ਪੇਸ਼ ਕੀਤੇ ਆ, ਰਾਜਵਿੰਦਰ ਸਿੰਘ ਔਰ ਰਾਜੂ ਅਤੇ ਰਵਨੀਤ ਕੁਮਾਰ। ਕਿੰਨੀ ਸੀਗੀ ਫੀਮ? 1 ਕਿਲੋ। ਕਿੱਥੋਂ ਫੜੇ, ਕਿੱਥੋਂ ਆਈ ਹੈ? ਇਹ ਬੰਦ ਰੋਡ ਉਹ ਬ੍ਰਿਜ।